ਗਾਈਸ ਵੇਖੋ ਰੌਲਾ ਪਾਉਂਦੀਆਂ ਚਿੜੀਆਂ, ਚਿੜੀਆਂ ਸਾਡੇ ਪਿੰਡ ਦੀਆਂ। ਗਾਈਸ ਆਪਾਂ ਸੈਰ ਕਰਨ ਚੱਲੇ ਆ ਨਾਲ ਮੇਰੇ ਜਵਾਕ ਨੇ। ਦੇਖੋ ਗਾਈਸ ਕਣਕਾਂ ਪੱਕ ਗਈਆਂ ਨੇ, ਸਰੋਂ ਪਈ ਆ ਵੱਡੀ ਕਿਸੇ ਦੀ। ਮੈਂ ਆਈ ਹਾਂ ਕਰਮਜੀਤ ਨਾਲ ਸੈਰ ਕਰਨ। ਦੇਖੋ ਕਣਕਾਂ ਪੱਕ ਚੁੱਕੀਆਂ ਗਾਈਸ, ਗਾਈਸ ਵੀਰੇ ਕਣਕਾਂ ਪੱਕ ਗਈਆਂ। ਆਹ ਕੌਣ ਪਾਗਲ ਸੀ, ਹੋ ਡੰਗਰ ਜੇ ਨਾ ਹੋਣ ਤੇ ਜਾਣ ਕੇ ਕੋਲ ਦੀ ਆਈ। ਅੱਜ ਮੇਰੇ ਮੱਚਾ ਨਾ ਬਿਸਕੁਟ ਖਾ ਰਹੀ ਹੈ। ਮੰਮੀ ਕੀ ਖਾ ਰਹੇ ਹੋ? ਬਿਸਕੁਟ ਚਾਹ ਨਾਲ ਖਾਣੇ ਆ। ਜੀ ਜਾਂ ਨਹੀਂ ਕਰਦਾ। ਗੁੱਡ ਮਾਰਨਿੰਗ ਗਾਈਸ, ਕਿੱਦਾਂ ਹੋ ਸਾਰੇ? ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗਾਈਸ ਵੀਰੇ ਮੈਂ ਅੱਜ ਸੂਟ ਲੈਣ ਆਈ ਸੀ ਫਰੀਦਕੋਟ ਸ਼ਹਿਰ, ਵੀਰੇ ਹੋਣਾਂ ਨੇ ਮੈਨੂੰ ਪਛਾਣ ਲਿਆ ਤੇ ਲਵ ਵੀਰੇ ਹੋਣੀ ਚਾਹ ਲਿਆ ਆ ਤੇ ਥੈਂਕ ਯੂ ਵੀਰੇ। ਤੇ ਆਪਾਂ ਲੈ ਲਿਆ ਦੋ ਸੂਟ, ਚਾਹ ਲੈ ਲਓ ਤੁਸੀਂ ਵੀ ਤੇ ਚਾਹ ਵੀ ਆ ਗਈ। ਗਾਈਸ ਵੀਰੇ ਆਪਾਂ ਪੀਂਦੇ ਹਾਂ ਚਾਹ ਤੇ ਇਹ ਹੈਗਾ ਵਾ ਫਰੀਦਕੋਟ ਕੈਸ਼ ਕਲਾਥ ਹਾਊਸ ਤੇ ਇੱਥੇ ਬਹੁਤ ਵਧੀਆ ਕੱਪੜੇ, ਮਤਲਬ ਅਸੀਂ ਸ਼ੁਰੂ ਤੋਂ ਸਾਡੇ ਪਿੰਡ ਦੇ ਵੀ ਇੱਥੇ ਲੈ ਕੇ ਆਉਂਦੇ। ਤੁਸੀਂ ਵੀ ਆਇਓ ਗਾਈਸ ਵੀਰੇ, ਜ਼ਰੂਰ ਵਿਜ਼ਿਟ ਕਰਿਓ ਤੇ ਬਹੁਤ ਵਧੀਆ ਕੱਪੜਾ ਹੈ ਵੀਰੇ। ਦੋ ਸੂਟ ਲਏ ਮੈਂ, ਮੇਰੇ ਕੋਲ ਸੂਤੀ ਸੂਟ ਹੈ ਨਹੀਂ ਸੀ, ਅੱਜ ਮੈਂ ਕਿਹਾ ਸੂਟ ਇੱਥੇ ਲੈਂਦੇ ਹਾਂ ਆਪਾਂ ਤੇ ਦੁਪੱਟਾ ਲਿਆ ਵਾ ਤੇ ਹਰ ਤਰ੍ਹਾਂ ਦਾ ਕੱਪੜਾ ਮਿਲਦਾ ਵੀਰੇ ਇੱਥੇ, ਤੁਸੀਂ ਆ ਸਕਦੇ ਹੋ। ਦੇਖੋ ਕਿੰਨੀ ਵਧੀਆ ਦੁਕਾਨ ਆ, ਸ਼ੋਰੂਮ ਆ, ਉੱਪਰ ਵੀ ਬਣਿਆ ਹੋਇਆ। ਹਾਂ ਰੇਟ ਵੀ ਘੱਟ ਤੋਂ ਘੱਟ ਆ ਇਹਨਾਂ ਦੇ, ਵਧੀਆ ਵਾ ਕੱਪੜਾ, ਕੁਆਲਿਟੀ ਵੀ ਵਧੀਆ ਵਾ, ਤੁਸੀਂ ਜ਼ਰੂਰ ਆਓ। ਦੇਖੋ ਗਾਈ ਫਿਰ ਸ਼ੋਪ ਆ ਵੀਡੀਓ ਨਦੀ ਗਾਈ ਵੀਰੇ। ਮੈਂ ਲੈ ਲਿਆ ਦੋ ਸੂਟ ਘੈਂਟ ਘੈਂਟ ਗਰਮੀ ਚ ਪਾਉਣ ਵਾਲੇ, ਐ ਸ਼ੀਸ਼ਾ ਲੱਗਿਆ ਗਾਈ ਵੀਰੇ। ਹਾਂਜੀ ਗਾਈਸ ਵੀਰੇ ਅਸੀਂ ਆ ਗਏ ਆ ਘਰ ਤੇ ਘਰ ਆ ਕੇ ਬਹੁਤ ਲੱਗੀ ਸੀ ਭੁੱਖ, ਅਸੀਂ ਉੱਥੇ ਕੁਛ ਨਹੀਂ ਖਾਂਦਾ। ਹੈਲੋ ਗਾਈਸ ਵੀਰੇ ਅਸੀਂ ਆ ਗਏ ਆ ਘਰ ਤੇ ਸ਼ਹਿਰ ਗਏ ਸੀ ਅਸੀਂ ਅੱਜ ਤੇ ਭੁੱਖ ਬਹੁਤ ਲੱਗੀ ਸੀ, ਅਸੀਂ ਸ਼ਹਿਰ ਕੁਛ ਨਹੀਂ ਖਾਧਾ, ਤਲਿਆ ਫਲਿਆ ਅਸੀਂ ਬਸ ਨਾਰੀਅਲ ਪਾਣੀ ਮੈਂ ਪੀਤਾ ਹੋਰ ਕੁਛ ਨਹੀਂ ਖਾਧਾ। ਤੇ ਮੈਂ ਪ੍ਰਗਟ ਨੇ ਖਾਧੀ ਆ ਰੋਟੀ, ਮੈਂ ਬਣਾਏ ਆ ਚੌਲ, ਚੌਲ ਨਹੀਂ ਮੈਂ ਛੱਡ ਸਕਦੀ ਗਾਈਸ ਵੀਰੇ, ਚੌਲ ਮੇਰੇ ਫੇਵਰੇਟ ਆ।
ਤੇ ਇਹ ਪਾਉਂਦੇ ਪਏ ਮਸ਼ੀਨ 'ਚ ਪਾਣੀ ਕੱਪੜੇ ਧੋਣ ਨੂੰ, ਅਤੇ ਮਸ਼ੀਨ 'ਚ ਪਾਣੀ ਪਾ ਰਿਹਾ ਕੱਪੜੇ ਧੋਣ ਨੂੰ। ਅਤੇ ਗਾਈਸ ਵੀਰੇ ਅਸੀਂ ਰਲ ਮਿਲ ਕੇ ਕਰ ਲਈਦਾ ਆ, ਅਤੇ ਰਸੋਈ ਸਾਡੀ ਤਿਆਰ ਆ। ਦੇਖੋ ਇਹਨੂੰ ਪਲਸਤਰ ਕਰਨਾ ਵਾ, ਲੈਂਟਰ ਖੋਲ੍ਹਣਾ ਹਜੇ, ਅਤੇ ਪ੍ਰਗਟ ਨੇ ਖਾ ਲਈ ਆ ਰੋਟੀ ਦਾਲ ਨਾਲ, ਅਤੇ ਚਟਨੀ ਸੀਗੀ ਸਲਾਦ। ਹੁਣ ਕਿਤੇ ਚੱਲਿਆ? ਹੁਣ ਤਾਂ ਤੂੰ ਰੋਟੀ ਖਾਧੀ, ਹੁਣ ਚੀਜ਼ੀ ਲੈਣ ਚੱਲੇ ਆ। ਪ੍ਰਗਟ ਆਇਆ ਨਾ ਕਰਿਆ ਕਰ। ਨਹੀਂ ਨਹੀਂ ਕਿਤੇ ਨਹੀਂ ਜਾਣਾ, ਧੁੱਪ ਬੜੀ ਆ, ਬਾਹਰ ਪੈ ਜਾ ਹੁਣ ਉੱਥੇ ਮੰਜੇ 'ਤੇ। ਗਾਈਸ ਆਹ ਲੈਂਟਰ, ਛੱਤ ਅਸੀਂ ਦੇੜਨੀ ਆ, ਲੈਂਟਰ ਪਾਉਣਾ ਵਾ, ਸਮਾਨ ਬਾਹਰ ਕੱਢਾਂਗੇ, ਕੁਛ ਕੁ ਤਾਂ ਕੱਢਤਾ। ਗਾਈਸ ਦੇਖੋ ਮੇਰੇ ਬਣ ਗਿਆ ਰਾਈਸ, ਗਾਈਸ ਦੇਖੋ ਬਣ ਗਿਆ ਰਾਈਸ, ਰਾਈਸ ਮੇਰਾ ਫੇਵਰਟ। ਅਤੇ ਹੁਣ ਆਪਾਂ ਖਾਂਦੇ ਹਾਂ ਅਤੇ ਪਾਉਂਦੇ ਹਾਂ ਪਲੇਟ 'ਚ। ਸੈਲਡ ਦਹੀਂ ਮੈਂ ਦੇਖੋ ਕਰਨ ਲੱਗੀ ਹਾਂ ਦੁਪਹਿਰ ਦਾ ਲੰਚ। ਸਵੇਰ ਦਾ ਕੁਛ ਨਹੀਂ ਖਾਧਾ, ਸ਼ਹਿਰ ਗਏ ਸੀ ਅਤੇ ਮੈਂ ਖਾਣ ਲੱਗੀ ਚੌਲ ਦਾਲ ਪਾ ਕੇ ਛੋਲਿਆਂ ਦੀ, ਕੱਦੂ ਪਾਇਆ ਛੋਲੇ ਦਾਲ 'ਚ, ਅਤੇ ਵਿੱਚ ਪਾਉਂਦੇ ਹਾਂ ਦਹੀਂ, ਅਤੇ ਵਿੱਚ ਪਾਉਂਦੇ ਹਾਂ ਥੋੜ੍ਹੀ ਜਿਹੀ ਚਟਨੀ। ਤੁਸੀਂ ਵੀ ਕਹੋਗੇ ਗਾਈਸ ਵੀਰੇ ਵਾਹ, ਮੈਂ ਤੁਹਾਨੂੰ ਟੇਸਟ ਕਰਕੇ ਦਿਖਾਉਂਦੀ ਹਾਂ ਹਲਾ। ਯੰਮੀ, ਬਹੁਤ ਵਧੀਆ ਬਣੇ ਆ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਮੈਂ ਖਾਂਦੀ ਹਾਂ ਰੋਟੀ ਚੌਲ, ਅਤੇ ਤੁਸੀਂ ਵੀ ਬਣਾਓ ਅਤੇ ਖਾਓ। ਗਾਈਸ ਮੈਂ ਚੌਲ ਖਾ ਲਿਆ ਅਤੇ ਮੈਂ ਹੁਣ ਚੌਲ ਖਾ ਕੇ ਥੱਕ ਗਈ। ਗਾਈਸ ਅਸੀਂ ਅੱਜ ਸ਼ਹਿਰ ਗਏ, ਉੱਥੇ ਸਾਰੇ ਜਾਣੇ ਸਾਨੂੰ ਬੁਲਾਉਣ, ਇੰਨਾ ਹੀ ਰਿਸਪੈਕਟ ਦੇਣ, ਬਹੁਤ ਚੰਗਾ ਲੱਗਿਆ, ਬਹੁਤ ਵਧੀਆ ਲੱਗਿਆ ਅੱਜ ਸਾਰਿਆਂ ਨੂੰ ਮਿਲ ਕੇ। ਤੇ ਵਲੌਗ ਦੇਖਦੇ ਰਿਹਾ ਕਰੋ, ਭੈਣ ਦੇ ਆਪਣੇ ਸ਼ੇਅਰ ਕਰਦਾ ਕਰੋ। ਮੈਂ ਚੱਲੀ ਹਾਂ ਉੱਧਰ ਬੀਬੀ ਵਾਲੇ ਕਮਰੇ 'ਚ ਪੈਣ, ਕਿਉਂਕਿ ਸਾਡਾ ਬੈਡ 'ਚ ਪੈਣ ਚੱਲੀ ਹਾਂ ਮੈਂ। ਆਹ ਸਾਡਾ ਪਿੰਡ ਆ, ਅਤੇ ਉੱਧਰ ਬੈੱਡ 'ਤੇ ਪਾਊਂਗੀ ਜਾ ਕੇ, ਹੱਸੂੰਗੀ ਮੈਂ। ਬੀਬੀ ਹੈ ਨਹੀਂ ਗੀ, ਮੇਰਾ ਬੈੱਡ ਹੈਗਾ ਇਸ ਇੱਥੇ ਲਾਇਆ ਵਾ, ਪੱਖਾ ਚਲਾਈਏ ਗਰਮੀ ਲੱਗਦੀ ਆ। ਚੱਲ ਬੜੀ ਸਲੋ ਚੱਲਦਾ ਵੀਰੇ, ਅਤੇ ਚਾਦਰ ਝਾੜਦੇ ਹਾਂ ਗਾਈਸ, ਝਾੜੀ ਨਹੀਂ ਗੀ ਮੈਨੂੰ ਲੱਗਦਾ, ਜਵਾਕ ਚੜ੍ਹ ਜਾਂਦੇ ਮਿੱਟੀ ਵਾਲੇ ਪੈਰ ਲੈ, ਅਤੇ ਫਿਰ ਆਪਾਂ ਪੀਂਦੇ ਹਾਂ ਇੱਥੇ। ਆਹ ਸਾਡੀ ਬੀਬੀ ਦੀ ਪੇਟੀ ਆ, ਹੁਣ ਆਪਾਂ ਰੈਸਟ ਕਰਾਂਗੇ, ਬਾਹਰ ਦੇਖੀ ਕੀ ਕਰਦੇ ਆ। ਕਿੱਧਰ ਗਏ ਆਏ ਸੀ ਹੈਂ? ਕੀ ਕਰ, ਕੀ ਕਰਦੇ ਆ? ਉਰੇ ਆਓ, ਐਕਟਿੰਗ ਨਾ ਕਰੋ, ਇੱਧਰ ਆ ਜਾਓ।
ਚਾਦਰ ਝਾੜੀ ਆ ਮੈਂ ਕਿਹਾ ਪੈਨੀ ਆ ਮੈਂ ਬੀਬੀ ਪਤਾ ਨੀ ਕਿੱਥੇ ਗਈ ਕਿੱਥੇ ਝੂਠ ਕਿੱਥੇ ਆ ਬੀਬੀ ਗੱਪੀ ਓ ਆਪਾਂ ਲੱਗੇ ਰੈਸਟ ਕਰਨ ਤੇ ਤੁਸੀਂ ਸਾਰੇ ਜਣੇ ਬਲੌਗ ਨਾਲ ਬਣੇ ਰਿਹਾ ਕਰੋ ਇੱਦੀ ਬਲੌਗ ਦੇਖਿਆ ਕਰੋ ਮੇਰੇ ਸ਼ੇਅਰ ਕਰਿਆ ਕਰੋ ਤੁਹਾਡੀ ਸਪੋਰਟ ਨਾਲ ਹੀ ਮੈਂ ਅੱਜ ਇੱਥੇ ਤੀਕ ਪਹੁੰਚੀ ਹਾਂ ਵੀਰੇ ਧੰਨਵਾਦ ਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਤੇ ਸਭ ਨੂੰ ਤੁਹਾਨੂੰ ਵੀ ਸ਼ੁਕਰਾਨਾ ਵਾਹਿਗੁਰੂ ਜੀ ਨੂੰ ਵੀ ਪਹਿਲਾਂ ਸ਼ੁਕਰਾਨਾ ਅਤੇ ਜਿਹੜਾ ਅਸੀਂ ਅੱਜ ਇਸ ਕਾਮਯਾਬੀ 'ਤੇ ਪਹੁੰਚੇ ਹਾਂ ਥੈਂਕ ਯੂ ਵੀਰੇ ਧੰਨਵਾਦ ਜੀ ਧੰਨਵਾਦ ਸਾਰਿਆਂ ਦਾ ਠੀਕ ਹੈ ਗਾਈਜ਼ ਬਾਏ ਮਿਲਦੇ ਹਾਂ ਫਿਰ ਅਗਲੇ ਬਲਾਗ 'ਚ